ਇਹ ਜਿਹੜੀ ਅੱਜ ਦਾ ਜਿਹੜਾ ਮਨੁੱਖ ਹੈ ਉਹ ਅੰਨਾ ਹੋਇਆ ਹੋਇਆ ਹੈ। ਡਾਕਟਰਾਂ ਨੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹਨੂੰ ਅੰਨਾ ਕਰਤਾ, ਉਸ ਨੂੰ ਅੰਗਰੇਜ਼ੀ ਦਵਾਈਆਂ ਤੋਂ ਬਿਨਾਂ ਸੁੱਝਦਾ ਹੀ ਕੁਛ ਨਹੀਂ। ਅਤੇ ਮੇਰੀ ਕਨਵਿਕਸ਼ਨ ਹੈ ਕਿ 95% ਜਿਹੜੀਆਂ ਡਿਲੀਵਰੀਜ਼ ਨੇ ਨੋਰਮਲ ਹੁੰਦੀਆਂ ਨੇ। ਸਾਡਾ ਜਿਹੜਾ ਸਰੀਰ ਹੈ ਇਹ ਬਿਮਾਰ ਹੋਣ ਦੇ ਲਈ ਬਣਿਆ ਨਹੀਂ, ਅਸੀਂ ਇਸ ਨੂੰ ਬਿਮਾਰ ਕਰਦੇ ਹਾਂ। ਇੱਕ ਕੱਟ ਵਾਲੀ ਗੱਲ ਦੱਸੀ ਸੀ। ਹਾਂ, ਉਹ ਇਸ ਤਰ੍ਹਾਂ ਸੀ ਜੀ, ਕਿਸੇ ਨੇ ਸ਼ਰਾਰਤ ਕੀਤੀ, ਇੱਕ ਜਿਹੜੀ ਛੱਲੀ ਹੈ ਜਿਹਨੂੰ ਕੁੱਕੜੀ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਵਿੱਚ, ਉਹ ਕਾਟੋ ਦਾ ਮਾਰੀ ਜੀ। ਉਹ ਕਾਟੋ ਦਾ ਇੰਨੀ ਗਹਿਰੀ ਸੱਟ ਲੱਗੀ, ਕਾਟੋ ਬੇਹੋਸ਼ ਹੋ ਕੇ ਉੱਥੇ ਹੀ ਲਿਟਕੀ, ਜਿਹਨੂੰ ਆਪਾਂ ਕਹਿੰਦੇ ਨੇ ਵੀ ਕੌਮਾਂ 'ਚ ਚਲੇ ਗਏ ਇੱਕ ਤਰ੍ਹਾਂ ਦੇ ਨਾਲ। ਤਾਂ ਫਿਰ ਮੇਰੇ ਬ੍ਰਦਰ ਕਹਿੰਦਾ ਕਿ ਆਪਾਂ ਇਹਨੂੰ ਹੁਣੇ ਖੜੀ ਕਰਦੇ। ਮੈਂ ਕਿਵੇਂ ਹੋ ਸਕਦਾ? ਉਹ ਇੱਕ ਬੂੰਦ ਲਿਆ ਅੰਦਰੋਂ ਉਹਨੇ ਮੂੰਹ 'ਚ ਪਾਈ, ਬਿਸਤਰੇ 'ਤੇ ਪਿਆ ਸੀ ਕਿ ਮੈਂ ਹੁਣ ਜਿਉਂਦਾ ਨਹੀਂ ਰਹਿਣਾ, ਬਸ ਇੱਕ ਹੀ ਗੱਲ, ਮੈਂ ਮਰ ਜਾਣਾ, ਮੈਂ ਮਰ ਜਾਣਾ। ਮੈਂ ਉਸ ਨੂੰ ਦਵਾਈ ਦਿੱਤੀ ਜੀ, ਉਹ ਬਿਲਕੁਲ ਦੇ ਨਾ ਉਰ ਨਾ ਜੀ, ਮੁੜ ਕੇ ਕੰਮ 'ਤੇ ਜਾਣ ਲੱਗ ਗਿਆ। ਉਹਨੂੰ ਕੋਈ ਪਤਾ ਹੀ ਨਹੀਂ ਸੀ ਉਹ ਹਾਰ ਕੀ। ਮੇਰਾ ਹੌਸਲਾ ਫਿਰ ਵੱਧ ਗਿਆ ਜੀ, ਮੇਰਾ ਹੈ ਇੱਕ ਜਿਹੜਾ ਹੈਗਾ ਬੜੀ ਧਾਰਨਾ ਬਣੀ ਹੋਈ ਹੈ ਕਿ ਜੇ ਕਿਤੇ ਡਾਕਟਰ ਨਾ ਹੋਣ ਤਾਂ ਕੋਈ ਬਿਮਾਰੀ ਉਹ ਨਹੀਂ ਹੋਊਗੀ। ਪਹਿਲੀਆਂ ਰਿਪੋਰਟਾਂ ਜੇ ਕੈਂਸਰ ਹੋਵੇ ਕੈਮੋਥੈਰੇਪੀ ਨਾਲ ਠੀਕ ਹੋਊਗੇ। ਮੈਂ ਮੈਂ ਉਹ ਰਿਪੋਰਟਾਂ ਦੇਖਣੀਆਂ ਚਾਹੁੰਦਾ, ਮੈਂ ਅੱਜ ਤੱਕ ਦੇਖ ਨਹੀਂ ਸਕਿਆ ਕਿਸੇ ਮਰੀਜ਼ ਦੀਆਂ। ਕਹਿੰਦਾ ਜਿਹੜਾ ਮੇਰਾ ਬੱਚਾ ਮੇਰੀ ਬਹੁਤ ਕੇਅਰ ਕਰਦਾ, ਮੈਂ ਉਹਦੀ ਕਰ ਦੇਵਾਂ ਕਿਵੇਂ? ਕਹਿੰਦਾ ਜਦੋਂ ਮੇਰਾ ਬੱਚਾ ਕਿਤੇ ਬਾਹਰ ਜਾਂਦਾ ਟੂਰ ਟਾਰ 'ਤੇ ਹਰ 5 ਮਿੰਟ ਬਾਅਦ ਮੈਨੂੰ ਫੋਨ ਕਰਦਾ। ਮੈਨੂੰ ਬੜੀ ਹੱਸੀ ਆਈ, ਮਹਾ ਯਾਰ ਉਹ ਬਿਮਾਰ ਹੈ ਮੈਂਟਲੀ। ਜਦੋਂ ਫੀਅਰ ਤੁਹਾਡੇ ਨਰਵਸ ਸਿਸਟਮ ਦੇ ਵਿੱਚ ਐਂਟਰ ਕਰ ਜਾਂਦਾ ਹੈ ਫਿਰ ਇਹ ਬੜਾ ਖਤਰਨਾਕ ਹੈ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਜਿਸ ਤਰੀਕੇ ਨਾਲ ਅਸੀਂ ਵੀਡੀਓਜ਼ ਜ਼ਰੀਏ ਤੁਹਾਨੂੰ ਵੱਖੋ ਵੱਖ ਡਾਕਟਰਜ਼ ਨਾਲ ਮਿਲਵਾਉਂਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਦਵਾਈਆਂ ਦੇ ਮੱਕੜ ਜਾਲ ਦੇ ਵਿੱਚੋਂ ਸਾਡੇ ਪੰਜਾਬੀਆਂ ਦਾ ਜਿਹੜਾ ਉਹ ਖਹਿੜਾ ਛੁੱਟ ਸਕੇ, ਉਸੇ ਲੜੀ ਦੇ ਤਹਿਤ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ ਜੋ ਖੁਦ ਪਹਿਲਾਂ ਬਿਮਾਰ ਹੋਏ, ਬਿਮਾਰੀ ਦਾ ਸ਼ਿਕਾਰ ਹੋਏ, ਬੜੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਏ ਅਤੇ ਫਿਰ ਆਪਣੀ ਰਿਸਰਚ ਦੇ ਬਿਹਾਫ 'ਤੇ ਖੋਜਦੇ ਉਹ ਡਾਕਟਰ ਤੱਕ ਬਣ ਗਏ। ਸਾਡੇ ਨਾਲ ਮੌਜੂਦ ਨੇ ਬੜੇ ਹੀ ਸੀਨੀਅਰ ਔਰ ਬੜੇ ਹੀ ਕਾਬਿਲ ਇਹਤਰਾਮ ਡਾਕਟਰ ਅਜਮੇਰ ਸਿੰਘ ਮਾਨ, ਉਹਨਾਂ ਨਾਲ ਤੁਹਾਨੂੰ ਅੱਜ ਮਿਲਵਾਵਾਂਗੇ। ਅਤੇ ਅਜਿਹਾ ਕੀ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਪ੍ਰੋਫੈਸਰ ਤੋਂ ਡਾਕਟਰ ਬਣ ਗਏ? ਮੈਨੂੰ ਤਈਆ ਤਾਪ ਹੋਣ ਲੱਗ ਗਿਆ ਅਤੇ ਮੈਂ ਉਹਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੋਇਆ। ਇੱਥੋਂ ਤੱਕ ਹੋ ਗਿਆ ਕਿ ਜਦੋਂ ਮੈਂ ਕਈ ਵਾਰੀ ਕਾਲਜ ਵਿੱਚ ਪੜ੍ਹਾਉਂਦਾ ਹੁੰਦਾ ਸੀ, ਮੈਨੂੰ ਉਸਦਾ ਅਟੈਕ ਹੋ ਜਾਣਾ, ਮਤਲਬ ਉਹਦੀਆਂ ਵੋਮਿਟਿੰਗ, ਉਲਟੀਆਂ ਲੱਗ ਜਾਣੀਆਂ ਅਤੇ ਕਈ ਵਾਰੀ ਤਾਂ ਬੇਹੋਸ਼ੀ ਦੀ ਹਾਲਤ ਤੱਕ ਵੀ ਚਲੇ ਜਾਣੀ। ਅਤੇ ਮੈਨੂੰ ਜਿਹੜੇ ਮੇਰੇ ਆਪਣੇ ਸਟੂਡੈਂਟ ਸੀ ਕਈ ਵਾਰੀ ਫਿਰ ਉਹ ਘਰ ਮਤਲਬ ਲੈ ਕੇ ਆਉਂਦੇ ਸੀਗੇ ਜੀ। ਅਤੇ ਫਿਰ ਮੇਰੇ ਮਨ ਦੇ 'ਚ ਖਿਆਲ ਆਇਆ ਕਿ ਕਿਤਨੇ ਸਾਲ ਹੋ ਗਏ ਜਿਹੜਾ ਇਹ ਮਲੇਰੀਆ ਬੁਖਾਰ ਮੈਨੂੰ ਹੁੰਦਾ, ਵੀ ਇਹ ਡਾਕਟਰਾਂ ਤੋਂ ਤਾਂ ਠੀਕ ਨਹੀਂ ਹੋ ਰਿਹਾ ਅਤੇ ਇਹਦਾ ਕੀ ਕੀਤਾ ਜਾਵੇ। ਮੇਰੇ ਮਨ ਦੇ 'ਚ ਇੱਕ ਫੁਰਨਾ ਫੁਰਿਆ ਕਿ ਕਿਉਂ ਨਾ ਹੋਮਿਓਪੈਥੀ ਦੀ ਜਿਹੜੀ ਸਟੱਡੀ ਕੀਤੀ ਜਾਵੇ ਜੀ, ਕਿਉਂਕਿ ਹੋਮਿਓਪੈਥੀ ਬਾਰੇ ਮੈਂ ਇੱਕ ਜਿਹੜਾ ਹੈਗਾ ਮੈਨੂੰ ਇੱਕ ਵੇਗ ਜਿਹਾ ਆਈਡੀਆ ਸੀ, ਅਕਸਰ ਸੁਣਿਆ ਸੀਗਾ ਕਿ ਹੋਮਿਓਪੈਥੀ ਇੱਕ ਅਜਿਹਾ ਸਿਸਟਮ ਹੈ ਮੈਡੀਸਨ ਦਾ, ਜਦੋਂ ਇਹ ਬਿਮਾਰੀ ਜਿਹੜੀ ਹੈ ਜੜੋਂ ਵੱਟਦੀ ਹੈ ਅਤੇ ਮੁੜ ਕੇ ਨਹੀਂ ਹੁੰਦੀ। ਅਤੇ ਮੈਂ ਚਾਹੁੰਦਾ ਸੀ ਕਿ ਮੈਨੂੰ ਮਲੇਰੀਆ ਮੁੜ ਕੇ ਨਾ ਹੋਵੇ। ਨਹੀਂ, ਤੁਹਾਨੂੰ ਹੋਮਿਓਪੈਥਿਕ 'ਤੇ ਇੰਨਾ ਭਰੋਸਾ ਕਿਵੇਂ ਬਣਿਆ? ਤੁਸੀਂ ਇੱਕ ਕਾਟ ਵਾਲੀ ਗੱਲ ਦੱਸੀ ਸੀ। ਹਾਂ, ਉਹ ਇਸ ਤਰ੍ਹਾਂ ਸੀ ਜੀ, ਅਤੇ ਇੱਕ ਦਿਨ ਕੀ ਮਤਲਬ ਵਾਪਰਿਆ, ਅਸੀਂ ਬਾਹਰ ਇੱਕ ਪਿੜ ਦੇ ਵਿੱਚ ਬੈਠੇ ਸੀ, ਕਿਸੇ ਨੇ ਸ਼ਰਾਰਤ ਕੀਤੀ, ਇੱਕ ਜਿਹੜੀ ਛੱਲੀ ਹੈ ਜਿਹਨੂੰ ਕੁੱਕੜੀ ਕਹਿੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਵਿੱਚ, ਉਹ ਕਾਟੋ ਦਾ ਮਾਰੀ ਜੀ। ਉਹ ਕਾਟੋ ਦਾ ਇੰਨੀ ਗਹਿਰੀ ਸੱਟ ਲੱਗੀ, ਕਾਟੋ ਬੇਹੋਸ਼ ਹੋ ਕੇ ਉੱਥੇ ਹੀ ਲਿਟਕੀ, ਜਿਹਨੂੰ ਆਪਾਂ ਕਹਿੰਦੇ ਨੇ ਵੀ ਕੌਮਾਂ 'ਚ ਚਲੇ ਗਏ ਇੱਕ ਤਰ੍ਹਾਂ ਦੇ ਨਾਲ। ਤਾਂ ਫਿਰ ਮੇਰੇ ਬ੍ਰਦਰ ਕਹਿੰਦਾ ਕਿ ਆਪਾਂ ਇਹਨੂੰ ਹੁਣੇ ਖੜੀ ਕਰਦੇ। ਮੈਂ ਕਿਵੇਂ ਹੋ ਸਕਦਾ? ਉਹ ਇੱਕ ਬੂੰਦ ਲਿਆ ਅੰਦਰੋਂ ਉਹਨੇ ਮੂੰਹ 'ਚ ਪਾਈ, ਕਾਟੋ ਜਦੇ ਜਿਹੜੀ ਆ ਬੂਟੇ ਦੇ ਉੱਤੇ ਚੜ੍ਹ ਗਈ ਜੀ। ਅਤੇ ਮੈਂ ਬਹੁਤ ਹੀ ਹੈਰਾਨ ਪਰੇਸ਼ਾਨ ਹੋਇਆ ਇਸ ਘਟਨਾ ਤੋਂ ਕਿ ਇਹ ਕਿਹੋ ਜਿਹੀ ਮੈਡੀਸਨ ਹੈ ਜਿਹੜੀ ਕਾਟੋ ਮਰੀ ਪਈ ਸੀ ਇੱਕ ਤਰ੍ਹਾਂ ਦੇ ਨਾਲ, ਕੌਮੀ ਦੇ ਵਿੱਚ ਸੀ ਵੀ ਇੰਨੀ ਜਲਦੀ ਉੱਤੇ ਦਰੱਖਤ ਦੇ ਉੱਤੇ ਕਿਵੇਂ ਚੜ੍ਹ ਗਈ। ਸੋ ਇਸ ਘਟਨਾ ਜਿਹੜੀ ਇਹ ਲੜਕਿੰਗ ਸੀ ਇਹ ਮੇਰੇ ਮਨ ਦੇ ਵਿੱਚ ਉਸਲਵੱਟੇ ਲੈਂਦੀ ਰਹੀ। ਅਤੇ ਫਿਰ ਮੈਨੂੰ ਜਦੋਂ ਉਹ ਮਲੇਰੀਆ ਬੁਖਾਰ ਹੋਣ ਲੱਗਿਆ, ਮੇਰੇ ਮਨ ਦੇ 'ਚੋਂ ਖਿਆਲ ਆ ਗਿਆ ਕਾਟੋ ਵਾਲਾ, ਵੀ ਜਿਹੜੀ ਕਾਟੋ ਜਿਹੜੀ ਸੀ ਉਹ ਇਸ ਤਰ੍ਹਾਂ ਉਹ ਜਿਉਂਦੀ ਹੋ ਗਈ, ਵੀ ਸ਼ਾਇਦ ਇਹਦਾ ਕੋਈ ਹੱਲ ਹੋ ਜਾਵੇ। ਮੈਂ ਜੀ ਹੋਮਿਓਪੈਥੀ ਦੀਆਂ ਕਿਤਾਬਾਂ ਲੈ ਆਇਆ ਬਾਜ਼ਾਰੋਂ। ਅੱਛਾ, ਬੁਖਾਰ ਦੀ ਹਾਲਤ ਦੇ ਵਿੱਚ ਮੈਂ ਜਿਹੜੀ ਹੈ ਹੋਮਿਓਪੈਥੀ ਪੜ੍ਹਨੀ ਸ਼ੁਰੂ ਕੀਤੀ ਜੀ। ਅਤੇ ਫਿਰ ਜਦੋਂ ਮੈਂ ਪਹਿਲੀ ਵਾਰ ਹੋਮਿਓਪੈਥੀ ਦਵਾਈ ਲਈ ਪੜ੍ਹ ਪੜ੍ਹ ਕੇ ਆਪਣੇ ਆਪ, ਮੈਨੂੰ ਤੀਸਰੇ ਦਿਨ ਫਿਰ ਉਸ ਤਰ੍ਹਾਂ ਅਟੈਕ ਹੋ ਗਿਆ ਜੀ, ਜਿਵੇਂ ਹੁੰਦਾ ਸੀਗਾ ਅਕਸਰ ਪਹਿਲਾਂ, ਮਤਲਬ ਕੋਈ ਵੀ ਫਰਕ ਨਹੀਂ ਸੀ।
लेकिन मैं हौसला नहीं छड्डिया। जदों मैं दोबारा इस तरह लई तीन दिन, क्यों दो दिन तो बुखार ना होना ही नहीं सी, तीसरे दिन उसका अटैक आना सी। जदों तीसरे दिन अटैक आ गया, मैं कोई गल नहीं, मैं फिर मतलब एक तरह के नाल अपना डिटरमिनेशन कर लिया कि जां तो मैं रहूँगा जां बुखार रहूगा, भी होना ठीक होम्योपैथी के नाल है। मैं हंसी आँदी कि पता नहीं वो मैं यो जहाँ कोई परमात्मा दे, कई बार परमात्मा ने रास्ता दिखाना होंगे, कई बार उस तो कोई सेवा लेनी होंगी है। वैसे भी कई बार पंजाबियों की जी टिक भी भिड़ जाती है। हाँ हाँ बिल्कुल, ये भी गल ठीक है। तो फिर मैं दोबारा फिर जो ली ना मैडिसन जी, वो बोर्ड का मटीरियल मेडिका, मैंने दोबारा फिर हो गया जी, मैं कोई गल नहीं। तीसरे दिन फिर मैं एक बुखार, मैं होर किताब लिया, इंटरमिटेंट फीवर एलन की किताब है जो सिर्फ मलेरिया बुखार के उत्ते है। फिर मैं अपने जो सिमटम से वो मिलाए जी एन पूरे, मैं देखिया कि एक होम्योपैथी एक मैडिसन है आरसैनिक, मैं देखिया कि जोड़े मेरे सारे सिमटम ने वो अरसैनिक के नाल मिलते हैं। अरसैनिक के बुखार की खूबी की है कि जिहड़ियां तीन स्टेजेज ने, बुखार की स्टेज, चिल की स्टेज, ठंड ठंड वाली कंबे वाली तो पसीने वाली, इन्हां चों जनरली एक गायब होंदी है। मैं देखिया कि एक मेरे च भी गायब है, मैनू ठंड नहीं लगती उस तरह, बुखार सीधा ही चढ़ता है। तो जदों बुखार चढ़ता है नाल 104-105 हो जाता, तो नाल उल्टी आँदी है, नौजिया आँदा है, तो फिर मेरा रोटी खाण नू दिल नहीं करता। जदों जो मैं मैडिसन ली, मैं दैट वाज ए वंडरफुल। तीसरे दिन मैनू कुछ भी नहीं होया, कोई बुखार नहीं, कोई कुछ नहीं, तो मैनू इन्नी हल्लाशेरी मिली। फिर जी मैं चक जिहड़ियां ने लुधियाने तो किताबां होर चुक लिया होम्योपैथी दियां, तो फिर नाल दी नाल मैडिसन चुक लिया, तो नाल दी नाल होम्योपैथी जी डिग्री लई अपनी पढ़ाई शुरू करती जी। तो फिर इस तरह चलता गया जी। तो ये नाल ही एक होर केस उन्हां दिनां दी गल है, गली गुआंढ दे विच एक मजदूर नहीं सी कोई, उहदे घर वाला वो कहिंदा सी मैं मर जाणा, मैं मर जाणा। लगभग सारे अंग्रेजी डॉक्टरों का इलाज करवा चुकिया सी, बिस्तरे ते पिया सी कि मैं हुण जीवंदा नहीं रहना, बस एक ही गल मैं मर जाणा, मैं मर जाणा। मैं वाइफ नूं गल कीती भी जदों मेरा इहो जिहा बुखार ठीक होया भी जे किसी का भला हुंदा तां कर दो, भी उहनूं दस दिओ जी घरवाली नूं, जे आउंदी तां ठीक है, नहीं आउंदी तां ठीक है। वह बेचारी दुखी सी, वह मेरे कोल आ गई, मैं उसनूं दवाई दित्ती जी, वो बिल्कुल नौवर ना जी, मुड़ के काम से जाने लग गया, उन्होंने कोई पता ही नहीं सी बुखार की। मेरा हौसला फिर बढ़ गया जी। डॉक्टर साहब जड़िया होर दवाई शुरुआत पहले महीने तो ही जड़िया गर्भवती औरत अपने घर शुरू कर देंगे ने अंग्रेजी मैडिसन। हुण ये चीज़ है जी, हुण तो मेरा देखो 30 साल का तजर्बा, ये जदों मैं थानू गल दस रहा मैं बहुत मतलब राय सी एक तरह के नाल। हुण जे तुसीं मैनूं कन्विक्शन करो कि ये जो चल रहा हैगा, ये जी अज का जोड़ा मनुख है वह अन्ना होया होया है, डॉक्टर ने जिहड़ियां मल्टीनैशनल कंपनीज ने उन्होंने अन्ना करता, उसनू अंग्रेजी दवाइयों तो बिना सुझदा ही कुछ नहीं, ना तो उसनू नैचुरोपैथी कोई विश्वास रहा, ना उसनू होम्योपैथी कोई विश्वास है, हनेरे दे विच टक्करा मारता फिरदा। हुण मैं हैरान हुन्ना कि अज भी हुण असी लेटेस्ट एक डिलीवरी की है मेरे बेटे की मिसेज की, असी किसी डॉक्टर को नहीं गए, सारे ही साढ़े रिश्तेदार कहिंदे सी भी आपां नूं आए करना चाहिए, आए करना चाहिए, मां नॉर्मल डिलीवरी होएगी, तो नॉर्मल डिलीवरी हुई है। तो मेरी कन्विक्शन है कि 95% जिहड़ियां डिलीवरी ने नॉर्मल होंदियां ने, 5% जिहड़ियां डिलीवरी कोई कंप्लीकेशन हो सकती है जिथे सानूं किसी ऑपरेशन की लोड़ है, अदरवाइज तो डॉक्टर ने जिहड़ियां मल्टीनैशनल कंपनीज ने उन्होंने एक धंधा प्रोफेसन बनया होया हैगा, वह कमाई कर रहे हैं, क्योंकि जो अपना जो ऑपरेशन है डिलीवरी का, यदा मेरा ख्याल है भी 30-40 हज़ार तो लेकर 1.5 लाख तक तो आवेद मतलब मैं सुनिया, वो डॉक्टर से डिपेंड करता भी किन्ना क लेंदे ने, तो लोग देने तैयार ने जी। सो ये जी चीज़ है जिमें तुम कहें, पर जे ती अज भी किसी सियाणा जो होम्योपैथ है जिसकी कन्विक्शन है, देखो होम्योपैथ तो सारे ही कन्विक्शन होनी चाहिए है, मैं होम्योपैथ उन्होंने मानता हाँ जोड़ा बुखार के अपनी फैमिली के अपन जूजिया दवाया है, कोई अंग्रेजी दवाई नहीं वरतता,
मैं उसे सही होम्योपैथ वरतदा कि उसकी कन्विक्शन बनी हुई है कि साड़ी जरा सिस्टम है किन्ना वधिया है। हुण जे तुसीं मेरी कन्विक्शन पिछे किहो जिहा सिस्टम किहो जिहा जी फिर साडा जिहड़ा जिवें तुसीं कह रहे हो कि जिवें आपां पहलां वी गल कर रहे सी जिहड़ा साडा शरीर है उह बीमार होण लई बणे ही नहीं। हाँ साडा जिहड़ा शरीर है इह बीमार होण दे लई बणिया नहीं, असीं इस नूं बीमार करदे हाँ। करदे किवें आ जी? दो चीज़ां ने, एक तां असीं इहनूं खाण पीण दे नाल बीमार कर देना, जिहड़ा खाणे पीणे दे नाल इहनूं बीमार करदे हो बड़ा थोड़ चिरा हुंदा है। जिवें तुसीं हुण जे किसी ने बीमारे होना है किसी होटल चले जाओ, बासी जिहड़ा मीट है जां बासी समोसे है जिहड़े उहदे जिहड़े बैक्टीरिया थोड़े पा गए हुण तुसीं खा लो, तुहानूं टट्टियां लग जाणगियां, तुहानूं बद हजमी हो जाएगी, तुहानूं डायरिया हो जाणा, टट्टियां लग जाणियां। इह बीमारी जिहड़ी है टैंपरेरी है, दो चार दिन दे च ठीक हो जाएगी। तुसीं खाणा बंद कर दो, पाणी पीओ, तुहाडा जिहड़ा हैगा पेट साफ हो जाणा। ਤੁਹਾਡੀਆਂ ਜਿਹੜੀ ਇਹ ਬਿਮਾਰੀ ਤੁਸੀਂ ਲਈ ਹੈ ਬਾਜ਼ਾਰੋਂ ਜਾਂ ਜਿਹੜਾ ਅਡਲਟਰੇਟਡ ਕੋਈ ਜਿਹੜਾ ਫਰੂਟ ਖਾ ਲਿਆ ਆਪਣੇ ਆਪ ਠੀਕ ਹੋ ਜਾਣੀ ਜੀ। ਲੇਕਿਨ ਇੱਕ ਦੂਸਰੀ ਬਿਮਾਰੀ ਹੈ ਜਿਹੜੀ ਇੰਪਲੈਂਟਡ ਹੈ ਜੀ। ਇੰਪਲੈਂਟਡ ਬਿਮਾਰੀ ਕਿਹੜੀ ਹੈ? ਮੈਂ ਇੰਪਲੈਂਟਡ ਬਿਮਾਰੀ ਉਹ ਮੰਨਦਾ ਹਾਂ ਜਿਹੜੇ ਡਾਕਟਰ ਸਾਨੂੰ ਬਿਮਾਰੀਆਂ ਦਿੰਦੇ ਨੇ। ਦੇਖੋ ਇਹ ਬੜਾ ਇੱਕ ਨਾ ਪੈਰਾਡੌਕਸ ਹੈ, ਡਾਕਟਰ ਬਿਮਾਰੀਆਂ ਦਿੰਦੇ ਨੇ ਮਤਲਬ ਬਿਲਕੁਲ ਮੇਰਾ ਹੈ ਇੱਕ ਜਿਹੜਾ ਹੈਗਾ ਬੜੀ ਧਾਰਨਾ ਬਣੀ ਹੋਈ ਹੈ ਕਿ ਜੇ ਕਿਤੇ ਡਾਕਟਰ ਨਾ ਹੋਣ ਤਾਂ ਕੋਈ ਬਿਮਾਰੀ ਉਹ ਨਹੀਂ ਹੋਊਗੀ। ਇਹ ਬੜੀ ਵੈਸੇ ਗੱਲ ਹੱਸੋ ਹੀ ਨਹੀਂ ਹੈ ਕਿ ਮੇਰਾ ਮਜ਼ਾਕ ਵੀ ਉਡਾਉਣਗੇ ਇਸ ਗੱਲ ਦਾ ਕਿ ਅੱਜ ਦੇ ਜ਼ਮਾਨੇ 'ਚ ਇਹ ਬੰਦਾ ਕਿਹੋ ਜਿਹੀ ਗੱਲ ਕਰ ਰਿਹਾ ਹੈਗਾ। ਪਰ ਮੇਰੀ ਕਨਵਿਕਸ਼ਨ ਹੈ, ਮੈਂ ਹੋਮਿਓਪੈਥਿਕ ਅਤੇ ਆਯੁਰਵੈਦਿਕ ਦੀ ਗੱਲ ਨਹੀਂ ਕਰ, ਮੈਂ ਸਿਰਫ ਐਲੋਪੈਥਿਕ ਜਿਹੜੀ ਸਿਸਟਮ ਹੈ ਜਿਹੜੇ ਇੱਕ ਆਪਣਾ ਜਿਹੜੇ ਇਹਨੂੰ ਆਪਾਂ ਕੈਪਸੂਲ ਕਹਿ ਸਕਦੇ ਹਾਂ ਜਿਹੜੇ ਕੈਮੀਕਲ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ। ਹੁਣ ਜਿਵੇਂ ਤੁਸੀਂ ਕੈਂਸਰ ਲੈ ਲਓ, ਕੈਂਸਰ ਦੀ ਨਾਂ ਲੈਂਦੇ ਸਾਰ ਅਸੀਂ ਕੈਮੋਥੈਰੇਪੀ, ਪਹਿਲਾਂ ਓਪਰੇਸ਼ਨ, ਫਿਰ ਕੈਮੋਥੈਰੇਪੀ, ਫਿਰ ਰੇਡੀਓਥੈਰੇਪੀ। ਇਹਦੇ 'ਚੋਂ ਨਿਕਲਦਾ ਕੀ ਹੈਗਾ? ਸਾਡੀ ਅਗਿਆਨਤਾ ਹੈ। ਪੇਸ਼ੈਂਟ ਜਦੋਂ ਵੀ ਕੈਮੋਥੈਰੇਪੀ ਸ਼ੁਰੂ ਕਰਨੀ ਆ ਉਸਨੂੰ ਉਲਟੀਆਂ ਸ਼ੁਰੂ ਹੋ ਜਾਣੀਆਂ, ਉਸਦੇ ਜਿਹੜੇ ਨੋਰਮਲ ਸੈੱਲ ਆ ਉਹਨਾਂ ਨੇ ਵੀ ਮਰ ਜਾਣਾ। ਅਤੇ ਮੈਂ ਜਿਹੜੇ ਲੋਕ ਸੁਣਦੇ ਹੋਣ, ਮੈਂ ਸਾਰਿਆਂ ਤੱਕ ਮੇਰਾ ਮੈਸੇਜ ਜਾਣਾ ਹੈ, ਜੇ ਕੋਈ ਕੈਮੋਥੈਰੇਪੀ ਦੇ ਬਾਅਦ ਜਿਸ ਨੂੰ ਸਹੀ ਅਰਥਾਂ ਦੇ 'ਚ ਕੈਂਸਰ ਹੋਵੇ, ਪਹਿਲੀਆਂ ਰਿਪੋਰਟਾਂ 'ਚ ਕੈਂਸਰ ਹੋਵੇ, ਕੈਮੋਥੈਰੇਪੀ ਨਾਲ ਉਹ ਠੀਕ ਹੋ ਗਿਆ ਵੈ, ਮੈਂ ਉਹ ਰਿਪੋਰਟਾਂ ਦੇਖਣੀਆਂ ਚਾਹੁੰਦਾ। ਮੈਂ ਅੱਜ ਤੱਕ ਦੇਖ ਨਹੀਂ ਸਕਿਆ ਕਿਸੇ ਮਰੀਜ਼ ਦੀਆਂ ਜੀ। ਜੇ ਕੋਈ ਇਹੋ ਜਿਹਾ ਇੱਕ ਮਰੀਜ਼ ਹੋਵੇ ਜਿਹੜਾ ਮੈਨੂੰ ਇਹ ਦਿਖਾ ਦੇਵੇ ਤਾਂ ਮੈਂ ਅੱਗੇ ਆਪਣੀ ਸਰਚ ਹੋਰ ਜਾਰੀ ਰੱਖਾਂਗਾ ਕਿ ਮੇਰਾ ਜਿਹੜਾ ਇਹ ਵਿਸ਼ਵਾਸ ਹੈ ਕਿ ਕੈਮੋਥੈਰੇਪੀ ਜਿਹੜੀ ਹੈ ਇਹ ਕੋਈ ਹੱਲ ਨਹੀਂ ਹੈ ਕੈਂਸਰ ਦਾ। ਅਤੇ ਇਸੇ ਤਰ੍ਹਾਂ ਹੀ ਜਿਹੜਾ ਬੀ ਪੀ ਹੈ, ਹੁਣ ਬੀ ਪੀ ਸਾਡਾ ਵੱਧ ਗਿਆ, ਬੀ ਪੀ ਦੇ ਵਧਣ ਦਾ ਕਾਰਨ ਤਾਂ ਟੈਂਸ਼ਨ ਹੈ ਮੇਰੇ ਅਨੁਸਾਰ, ਅੱਜ ਕੱਲ੍ਹ ਐਂਗਜ਼ਾਇਟੀ ਹੈ। ਐਂਗਜ਼ਾਇਟੀ ਦੇ ਕਿੰਨੇ ਹੀ ਰੂਪ ਨੇ, ਦੇਖੋ ਮਾਂ ਜਿਹੜੀ ਹੈ ਘਰ ਬੈਠੀ ਹੈ, ਬੱਚਾ ਸਕੂਲ ਗਿਆ, ਮਾਂ ਦਾ ਧਿਆਨ ਬੱਚੇ ਵਿੱਚ ਹੈ, ਤਰ੍ਹਾਂ ਤਰ੍ਹਾਂ ਦੇ ਮਾਂ ਨੂੰ ਜਿਹੜੀ ਹੈ ਖਿਆਲ ਆਈ ਜਾਂਦੇ ਨੇ, ਬੱਚੇ ਨੂੰ ਕੋਈ ਚੋਰ ਨਾ ਰਸਤੇ ਵਿੱਚ ਨਾ ਕੋਈ ਚੁੱਕ ਲਵੇ, ਕੋਈ ਉਹਨੂੰ ਕਿਡਨੈਪ ਨਾ ਕਰ ਲਵੇ, ਉਸਨੂੰ ਚੈਨ ਨਹੀਂ ਆ ਰਿਹਾ ਜਿਹੜੀ ਮਾਂ ਘਰ ਬੈਠੀ ਹੈ। ਅੱਜ ਕੱਲ੍ਹ ਤਾਂ ਜਿਹੜੇ ਪਿਓ ਨੇ, ਕਿਉਂਕਿ ਇੱਕ ਅੱਧੀ ਹੁੰਦੀ ਹੈ, ਪਿਓ ਨੂੰ ਵੀ ਇਹੀ ਮਾਮਲੇ ਹੁੰਦੇ ਨੇ ਜਿਹੜੇ ਤੁਸੀਂ ਮਾਂ ਨੂੰ ਕਹਿੰਦੇ ਹੋ, ਪਿਓ ਵੀ ਉਨੀ ਸੈਂਸਿਟਿਵ ਨੇ ਬੱਚਿਆਂ ਨੂੰ ਲੈ ਕੇ। ਅੱਛਾ ਹਾਂ, ਤੁਹਾਡੇ ਮੈਨੂੰ ਯਾਦ ਆ ਗਈ, ਇੱਕ ਪਿਓ ਸੀ ਉਹ ਮੇਰਾ ਦੋਸਤ ਸੀ, ਕਹਿੰਦਾ ਮੈਂ ਆਪਣੇ ਬੱਚੇ ਦੀ ਬਹੁਤ ਕੇਅਰ ਕਰਦਾ। ਮਾਂ ਵੀ ਕਿਸ ਤਰ੍ਹਾਂ ਕੇਅਰ ਕਰਦਾ? ਕਹਿੰਦਾ ਜਿਹੜਾ ਮੇਰਾ ਬੱਚਾ ਮੇਰੀ ਬਹੁਤ ਕੇਅਰ ਕਰਦਾ ਮੈਂ ਉਹਦੀ ਕਰ ਦੇਵਾਂ ਕਿਵੇਂ? ਕਹਿੰਦਾ ਜਦੋਂ ਮੇਰਾ ਬੱਚਾ ਕਿਤੇ ਬਾਹਰ ਜਾਂਦਾ ਟੂ ਟਾਰ 'ਤੇ ਹਰ 5 ਮਿੰਟ ਬਾਅਦ ਮੈਨੂੰ ਫੋਨ ਕਰਦਾ, ਮੈਨੂੰ ਬੜੀ ਹੱਸੀ ਆਈ। ਮਹਾਂ ਯਾਰ ਉਹ ਬਿਮਾਰ ਹੈ ਮੈਂਟਲੀ, ਉਹ ਐਂਗਜ਼ਾਇਟੀ ਹੈ, ਉਹਦਾ ਇਲਾਜ ਹੋਣਾ ਚਾਹੀਦਾ ਹੋਮੋਪੈਥੀ ਦੇ ਨਾਲ। ਉਹ ਕੇਅਰ ਨਹੀਂ ਕਰ ਰਿਹਾ ਤੁਹਾਡੀ, ਉਹ ਮਜਬੂਰ ਆ, ਉਹਦੀ ਕੰਪਲਸ਼ਨ ਹੋ ਗਈ, ਉਸਦੇ ਮਾਇੰਡ 'ਚ ਆਈ ਜਾਂਦਾ ਘੜੀ ਘੜੀ ਕਿ ਡੈਡੀ ਹੁਣ ਆਹ ਨਾ ਹੋ ਜਾਵੇ। ਨਹੀਂ, ਜਦੋਂ ਬੱਚੇ ਸਕੂਲ ਜਾਂਦੇ ਨੇ ਜਾਂ ਬੱਚੇ ਮਾਂ ਬਾਪ ਤੋਂ ਦੂਰ ਹੁੰਦੇ ਨੇ ਜਾਂ ਮਾਂ ਬਾਪ ਤੋਂ ਬੱਚੇ ਦੂਰ ਹੁੰਦੇ ਨੇ ਤਾਂ ਉਸ ਵਿੱਚ ਤਾਂ ਫਿਕਰ ਤਾਂ ਹੁੰਦੀ ਹੈ ਜੀ ਡਾਕਟਰ ਸਾਹਿਬ। ਇੱਕ ਇਹਦੇ 2 ਚੀਜ਼ਾਂ ਨੇ ਜੀ, ਇੱਕ ਫਿਕਰ ਹੁੰਦਾ ਨੋਰਮਲ ਜੀ, ਉਹ ਸਾਡੇ ਸਾਰਿਆਂ ਦੇ ਵਿੱਚ ਹੈ। ਹੁਣ ਅਸੀਂ ਰਾਤ ਨੂੰ ਹੈ, ਅਸੀਂ ਸੜਕ 'ਤੇ ਚਲਾ ਰਹੇ ਨੇ, ਸਕੂਟਰ ਚਲਾ ਰਹੇ ਨੇ, ਸਾਡੇ ਸਾਰਿਆਂ ਦੇ ਵਿੱਚ ਵੀ ਹੁੰਦਾ ਕੋਈ ਨਾਲ ਨਾ ਵੱਜਿਆ, ਉਹ ਨੋਰਮਲ ਫਿਕਰ ਹੈ, ਇੱਕ ਨੈਚੁਰਲ ਲਾਈਫ ਦਾ ਫਿਕਰ ਹੈ। ਲੇਕਿਨ ਜੇ ਸਾਡੇ ਅਸੀਂ ਚਲਾ ਰਹੇ ਨੇ, ਉਹ ਮੇਰੇ ਵੱਲ ਆ ਰਿਹਾ, ਮੇਰੇ ਵਿੱਚ ਵੱਜਣ ਲੱਗਿਆ, ਉਸਨੇ ਮੇਰੇ ਵਿੱਚ ਮਾਰਨਾ, ਇਹਨੂੰ ਅਸੀਂ ਕਹਿੰਦੇ ਹਾਂ ਨਿਊਰੋਟਿਕ ਐਂਗਜ਼ਾਇਟੀ ਜਾਂ ਨਿਊਰੋਟਿਕ ਫੀਅਰ। ਜਦੋਂ ਤੁਹਾਡਾ ਜਿਹੜਾ ਫੀਅਰ ਹੈ ਉਹ ਤੁਹਾਡੇ ਜਿਸਮ ਤੋਂ ਵੀ ਅੱਗੇ ਲੰਘ ਕੇ, ਮਾਇੰਡ ਤੋਂ ਵੀ ਅੱਗੇ ਲੰਘ ਕੇ ਤੁਹਾਡੇ ਨਰਵਸ ਸਿਸਟਮ 'ਚ ਐਂਟਰ ਕਰ ਗਿਆ,
ਜਦੋਂ ਫੀਅਰ ਤੁਹਾਡੇ ਨਰਵਸ ਸਿਸਟਮ ਦੇ ਵਿੱਚ ਐਂਟਰ ਕਰ ਜਾਂਦਾ ਹੈ ਫਿਰ ਇਹ ਬੜਾ ਖਤਰਨਾਕ ਹੈ। ਉਹ ਜਿਹੜਾ ਬੰਦਾ ਫਿਰ 24 ਘੰਟੇ ਬੇਚੈਨ ਰਹਿੰਦਾ ਹੈਗਾ ਉਸਨੂੰ ਚੈਨ ਨਹੀਂ ਆਉਂਦੀ ਹੈ, ਉਸਨੂੰ ਫਿਰ ਜਿਹੜੀਆਂ ਐਂਟੀ ਡਿਪਰੈਸੈਂਟ ਜਿਹਨੂੰ ਅਸੀਂ ਡਿਪਰੈਸ਼ਨ ਕਹਿੰਦੇ ਹਾਂ ਅੱਜ ਕੱਲ੍ਹ, ਡਿਪਰੈਸ਼ਨ ਜਿਹੜੀ ਇਹੀ ਬਿਮਾਰੀ ਹੈ ਜਿਸਦੇ ਵਿੱਚ ਬਹੁਤ ਐਂਗਜਾਇਟੀ ਹੋ ਜਾਂਦੀ ਹੈ, ਲੋਕਾਂ ਨੂੰ ਬਹੁਤ ਚਿੰਤਾ ਜਿਹੜੀ ਆ ਭਾਲਦੇ ਨੇ, ਮਤਲਬ ਉਹਨਾਂ ਨੂੰ 24 ਘੰਟੇ ਇਹੀ ਲੱਗਿਆ ਨਾ ਕੁਛ ਹੋ ਜਾਣਾ ਬਸ, ਉਹ ਕੀ ਹੋ ਜਾਣਾ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ, ਕੁਛ ਹੋ ਜਾਣਾ ਮਤਲਬ ਇੰਨਾ ਅਲਰਟ ਹੁੰਦਾ ਹੈ, ਇੰਨਾ ਕੋਸ਼ਿਸ਼ ਹੁੰਦਾ ਹੈ ਅਤੇ ਨਾ ਤਾਂ ਉਹ ਡਾਕਟਰ ਨੂੰ ਕੁਛ ਪਤਾ ਲੱਗਦਾ, ਅੰਗਰੇਜ਼ੀ ਡਾਕਟਰ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਉਹ ਤਾਂ ਹੱਸਬੂ ਆ ਵੀ ਤੂੰ ਚੰਗਾ ਪਾਲਾ ਤੈਨੂੰ ਕੀ ਹੋਊਗਾ ਜੇ ਦੱਸੂਗਾ ਨਾ ਉਹ ਬੰਦਾ ਜਾ ਕੇ। ਪਰ ਹੋਮਿਓਪੈਥਿਕ ਵਾਲੇ ਡਾਕਟਰ ਇੱਕ ਮਿੰਟ 'ਚ ਪਛਾਣ ਲਓ ਜਿਹੜਾ ਕਾਬਲ ਡਾਕਟਰ ਹੋ, ਜਿਹੜਾ ਕਾਬਲ ਹੋਮਿਓਪੈਥ ਹੋ ਜਿਹਦੇ ਪਛਾਣ ਲਏਗਾ ਕਿ ਮੈਂਟਲੀ ਜਿਹੜਾ ਬੰਦਾ ਬਹੁਤ ਡਿਸਟਰਬ ਹੈ ਅਤੇ ਇਹਦਾ ਜਿਹੜਾ ਇਲਾਜ ਹੋਣਾ ਚਾਹੀਦਾ ਹੈ। ਡਾਕਟਰ ਸਾਹਿਬ ਬਹੁਤ ਸਾਰੇ ਗੱਲਾਂ ਨੇ ਜਿਹੜੀਆਂ ਅਸੀਂ ਆਉਣ ਵਾਲੇ ਇੰਟਰਵਿਊਜ਼ 'ਤੇ ਤੁਹਾਡੀਆਂ ਦਿਖਾਉਣ ਜਾ ਰਹੇ ਹਾਂ, ਆਪਾਂ ਗੱਲ ਕਰ ਰਹੇ ਸੀ ਤੁਹਾਡੇ ਡਾਕਟਰ ਬਣਨ ਦੀ। ਸੋ ਜਦੋਂ ਤੁਸੀਂ ਇਹ ਵਰਤਾਰਾ ਦੇਖਿਆ, ਦੁਨੀਆ ਦਾ ਵਰਤਾਰਾ ਦੇਖਿਆ, ਦਵਾਈਆਂ ਦਾ ਵਰਤਾਰਾ ਵੇਖਿਆ ਕਿ ਕਿਸ ਤਰੀਕੇ ਨਾਲ ਲੋਕ ਨੇ ਜਿਹੜੇ ਗੁੰਮਰਾਹ ਹੋ ਰਹੇ ਨੇ, ਤਾਂ ਫਿਰ ਤੁਹਾਡੇ ਗੱਲਾਂ ਤੋਂ ਇਹ ਲੱਗਦਾ ਕਿ ਫਿਰ ਤੁਹਾਡੀ ਜਿਹੜਾ ਜ਼ਿਆਦਾ ਇੰਟਰਸਟ ਹੈ ਹੋਮਿਓਪੈਥਿਕ ਵੱਲ ਆਇਆ? ਨਹੀਂ, ਮੇਰਾ ਦੇਖੋ ਹੋਮਿਓਪੈਥੀ 'ਚ ਇੰਨਾ ਹੈਗਾ ਇੰਟਰਸਟ, ਹੁਣ ਪਿੱਛੇ ਜੇ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਮੈਨੂੰ ਸੈਪਟਿਕ ਆਰਥਰਾਈਟਿਸ ਹੋ ਗਿਆ ਜੀ। ਉਹ ਕੀ ਹੁੰਦਾ ਹੈਗਾ ਜੀ, ਜਿਹੜਾ ਆਪਣੇ ਗੋਡੇ ਦਾ ਸਾਰਿਆਂ ਦੇ ਦੁਖਦੇ ਨੇ, ਇਹ ਬੜਾ ਰੇਅਰੈਸਟ ਆਫ ਰੇਅਰ ਕੇਸ ਹੈ ਵਾਰਡ ਦੇ ਵਿੱਚ ਜਿਹਨੂੰ ਹੁੰਦੀ ਹੈ ਇਹ ਬਿਮਾਰੀ, ਰੇਅਰੈਸਟ ਆਫ ਰੇਅਰ ਕਹਿੰਦਾ ਮੈਂ, ਜਿਹੜਾ ਤੁਹਾਡਾ ਗੋਡਾ ਹੈ ਨਾ ਉਹਦੇ 'ਚ ਪਸ ਭਰ ਜਾਂਦੀ ਹੈ, ਬੜੀ ਮਤਲਬ ਸੁੱਜ ਜਾਂਦਾ ਹੈਗਾ ਉਸਨੂੰ, ਬੰਦਾ ਜਿਹੜਾ ਹੈਗਾ ਪੈਰਾਲਾਈਜ਼ ਹੋ ਜਾਂਦਾ, ਤੁਰ ਨਹੀਂ ਸਕਦਾ, ਮਤਲਬ ਤੁਰਨਾ ਤਾਂ ਇੱਕ ਪਾਸੇ, ਮੜੀ ਜਿਹੀ ਮੂਵਮੈਂਟ ਵੀ ਨਹੀਂ ਕਰ ਸਕਦਾ। ਹੁਣ ਉਹਦੇ ਕੋਲ ਡਾਕਟਰਾਂ ਦੇ ਕੋਲ ਇੱਕ ਜਿਹੜੀ ਹੈ ਆਪਸ਼ਨ ਹੁੰਦੀ ਹੈ ਜੀ, ਗੋਡੇ ਨਹੀਂ ਬਦਲਾਓ ਦੇ ਨਹੀਂ, ਉਹਦਾ ਆਪਰੇਸ਼ਨ ਕਰਾ ਦਿਓ ਜੀ। ਅਤੇ ਉਹ ਜਿਹੜਾ ਆਪਰੇਸ਼ਨ ਹੈ ਇਹ ਲੋਕਾਂ ਨੂੰ ਬੜੀ ਅੱਜ ਕੱਲ੍ਹ ਧਾਰਨਾ ਹੈ, ਮੈਂ ਇੱਥੇ ਥੋੜ੍ਹਾ ਜਿਹਾ ਇਹ ਕਲੀਅਰ ਕਰਨਾ ਚਾਹੁੰਦਾ ਕਿ ਆਪਰੇਸ਼ਨ ਜਿਹੜਾ ਹੈ ਕਿਸੇ ਵੀ ਬਿਮਾਰੀ ਦਾ ਕੋਈ ਹੱਲ ਨਹੀਂ। ਇਹਦੇ ਨਾਲ ਕੀ ਹੁੰਦੀ ਹੈ, ਆਪਰੇਸ਼ਨ ਦੇ ਨਾਲ ਜਿਹੜੀ ਬਿਮਾਰੀ ਆ ਉਹ ਟ੍ਰਾਂਸਫਰ ਕਰਦੀ ਹੈ, ਜਿਵੇਂ ਕਿਸੇ ਦਾ ਅਸੀਂ ਕੈਮੋਥੈਰੇਪੀ ਹੈ, ਰਾਈਟ ਬ੍ਰੈਸਟ ਜਿਹੜੀ ਅਸੀਂ ਕੱਢਤੀ ਸਾਰੀ, ਉਹ ਜੇ ਰਾਈਟ ਬ੍ਰੈਸਟ ਸਾਰੀ ਕੱਢਤੀ ਫਿਰ ਤਾਂ ਕੈਂਸਰ ਹੋਣਾ ਹੀ ਨਹੀਂ ਚਾਹੀਦਾ ਮੁੜ ਕੇ, ਕਿਉਂਕਿ ਜਿਹੜੀ ਬਿਮਾਰੀ ਹੈ ਉਹ ਇਕੱਲੀ ਬ੍ਰੈਸਟ ਦੀ ਨਹੀਂ, ਉਹ ਬੰਦੇ ਦੀ ਹੈ, ਬੰਦਾ ਬਿਮਾਰ ਹੈ, ਬੰਦਾ ਬਿਮਾਰੀ ਦੇ ਵਿੱਚ ਹੈ, ਜਿਹੜੀ ਬਿਮਾਰੀ ਹੈ ਬੰਦੇ ਵਿੱਚ ਨਹੀਂ ਹੈ, ਬੰਦਾ ਸਿਰ ਤੋਂ ਪੈਰਾਂ ਤੱਕ ਬਿਮਾਰ ਹੈ, ਉਸ ਦਾ ਇਲਾਜ ਹੋਣਾ ਚਾਹੀਦਾ। ਅਸੀਂ ਇੱਕ ਬ੍ਰੈਸਟ ਦਾ ਇਲਾਜ ਕਰੀ ਜਾਂਦੇ ਅਤੇ ਇਹੀ ਕਾਰਨ ਹੁੰਦਾ ਅਸੀਂ ਬ੍ਰੈਸਟ ਕਢਾ ਲੈਂਦੇ ਵਿੱਚ ਅਣਜਾਣਪਣੇ ਦੇ ਵਿੱਚ, 6 ਮਹੀਨੇ ਨਹੀਂ ਲੰਘਦੇ ਜਾਂ ਤਾਂ ਦੂਜੀ ਬ੍ਰੈਸਟ 'ਚ ਚਲਾ ਜਾਂਦਾ, ਜਾਂ ਉਹ ਬ੍ਰੇਨ 'ਚ ਚਲਾ ਜਾਂਦਾ, ਜਾਂ ਸਰੀਰ ਦੇ ਕਿਸੇ ਹੋਰ ਅੰਗ 'ਚ ਚਲਾ ਜਾਂਦਾ। ਲੇਕਿਨ ਜੇ ਸਾਨੂੰ ਇਹ ਗਿਆਨ ਹੋਵੇ ਕਿ ਅਸੀਂ ਜਿਹੜਾ ਆਪਰੇਸ਼ਨ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਪਰ ਅਸੀਂ ਜਿਵੇਂ ਮੈਂ ਦੱਸਿਆ ਵੀ ਅਸੀਂ ਅੰਨੇ ਹੋਏ ਨੇ, ਹੁਣ ਜਿਵੇਂ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ, ਜਦੋਂ ਮੇਰੀ ਉਹ ਹਾਲਤ ਹੋ ਗਈ ਮੇਰੀ ਸੈਪਟਿਕ ਆਰਥਰਾਈਟਿਸ ਦੇ ਵਿੱਚ, ਇਹ ਮੇਰਾ ਖਿਆਲ ਹੈ ਵੀ ਹਜ਼ਾਰਾਂ ਵਿੱਚੋਂ ਬਹੁਤ ਰੇਅਰ ਮਤਲਬ ਕੇਸ ਹੁੰਦਾ ਹੈਗਾ। ਪਹਿਲੀ ਗੱਲ ਤਾਂ ਆਮ ਡਾਕਟਰਾਂ ਨੂੰ ਪਤਾ ਹੀ ਨਹੀਂ ਲੱਗਦਾ ਇਸ ਚੀਜ਼ ਦਾ, ਡਾਇਗਨੋਜ਼ ਕਰਨਾ ਬੜਾ ਔਖਾ। ਇਹ ਦੋ ਥਾਂ ਹੁੰਦਾ, ਜਾਂ ਤਾਂ ਹਿੱਪ 'ਤੇ ਹੁੰਦਾ ਹੈ ਜਾਂ ਗੋਡੇ 'ਤੇ ਹੁੰਦਾ ਹੈ, ਮਤਲਬ ਬੜੀ ਜਿਹੜੀ ਹੈ ਸੋਲਨੈਸ ਹੋ ਜਾਂਦੀ ਹੈ, ਸੁੱਜ ਜਾਂਦਾ ਹੈਗਾ, ਪਸ ਪੈ ਜਾਂਦੀ ਹੈ। ਹੁਣ ਮੈਂ ਸੋਚਦਾ ਸੀ ਵੀ ਮੈਂ ਆਪਰੇਸ਼ਨ ਤਾਂ ਕਰਾਉਣਾ ਨਹੀਂ, ਕਿ ਮੈਨੂੰ ਪਤਾ ਸੀ ਵੀ ਜੇ ਮੈਂ ਆਪਰੇਸ਼ਨ ਕਰਾ ਰਿਹਾ ਮੇਰੀ ਡੈਥ ਸਰਟਨ ਹੈ। ਦੇਖੋ ਮੇਰੀ ਕਨਵਿਕਸ਼ਨ ਵੀ ਹੋਮਿਓਪੈਥੀ ਨਾਲ ਕੁਛ ਨਹੀਂ ਵਿਗੜਨਾ, ਅੱਜ ਨਹੀਂ ਸਹੀ, 2 ਦਿਨ ਨਹੀਂ, 4 ਦਿਨ ਨਹੀਂ, 5 ਦਿਨ, ਮੇਰਾ ਇਲਾਜ ਹੋਏਗਾ, ਇਹੀ ਜਿਹੀ ਬਿਮਾਰੀ ਜਿਹੜੀ ਵੀ ਨਹੀਂ, ਇਹੀ ਜਿਹੀ ਕੋਈ ਗੱਲ ਨਹੀਂ ਹੈ। ਮੈਂ ਕੀ ਕੀਤਾ, ਜਿਵੇਂ ਆਪਣੀਆਂ ਹੋਮਿਓਪੈਥੀ ਦਾ ਲੈਂਦਾ ਸੀ, ਪਰ ਮੇਰੇ ਮਨ 'ਚ ਇੱਕ ਖਿਆਲ ਆਇਆ ਕਿ ਮੈਨੂੰ ਕੋਈ ਇਹੋ ਜਿਹਾ ਸਰਜਨ ਹੋਵੇ ਜਿਹੜਾ ਸਿਰਿੰਜ ਦੇ ਨਾਲ ਇਹਦੀ ਉਹ ਖਿੱਚ ਦੇਵੇ ਵਿੱਚੋਂ ਪਸ। ਅਤੇ ਫਿਰ ਮੈਨੂੰ ਡਾਕਟਰਾਂ ਦੇ ਕੋਲ, ਮੇਰਾ ਬੇਟਾ ਵੀ ਡਾਕਟਰ ਹੈ, ਅੰਗਰੇਜ਼ੀ ਡਾਕਟਰ ਕੋਲ, ਉਹ ਕਹਿੰਦੇ ਜੀ ਤੁਸੀਂ ਪਾਗਲ ਹੋਏ ਹੋਏ ਨੇ, ਇਹਨੂੰ ICU ਦੇ 'ਚ ਐਡਮਿਟ ਕਰਾਓ ਵੀ ਫੌਰੀ ਡੇਂਜਰ ਹੈ, ਇੰਨੀ ਜਿਹੜੀ ਇਹਨਾਂ ਦੀ ਹਾਲਤ ਆ, ICU ਦੇ ਵਿੱਚ ਇਹਨਾਂ ਨੂੰ ਐਡਮਿਟ ਹੋਣਾ ਚਾਹੀਦਾ। ਮੈਂ ਤਾਂ ਜਾਣਾ ਹੀ ਨਹੀਂ ICU ਦੇ ਵਿੱਚ। ਮੇਰਾ ਇੱਕ ਹੋਰ ਰਿਸ਼ਤੇਦਾਰ ਹੈ ਜੀ, ਉਹ ਵੀ ਡਾਕਟਰ ਨੇ, ਮੈਂ ਉਹਨਾਂ ਨੂੰ ਸੱਦਿਆ, ਮਹਾਂ ਵੀ ਮੈਂ ਐਂਟੀਬਾਇਓਟਿਕ ਤਾਂ ਨਹੀਂ ਲੈਣੇ, ਨਾ ਮੈਂ ਅੰਗਰੇਜ਼ੀ ਦਵਾਈ ਲੈਣੀ ਹੈ, ਜੇ ਤੂੰ ਮੇਰੇ 'ਤੇ ਇੱਕ ਫੇਵਰ ਕਰ ਸਕਦਾ, ਮੇਰੀ ਸਿਰਿੰਜ ਦੇ ਨਾਲ ਪਸ ਖਿੱਚ ਦੇ ਬਸ, ਮੈਂ ਚੇਤੇ ਹੋਰ ਕੁਛ ਨਹੀਂ ਚਾਹੁੰਦਾ। ਉਹ ਆਏ ਜੀ, ਮੇਰਾ ਖਿਆਲ ਹੈ ਵੀ 30 ਜਿਹੜੀ ਹੈ ਮਿਲੀ ਲੀਟਰ ਪਸ ਨਿਕਲੀ, ਮੈਂ ਵੀ ਹੈਰਾਨ ਜੀ। ਪਰ ਅਜਿਹੇ ਹਾਲਾਤਾਂ 'ਚ ਤਾਂ ਫਿਰ ਡਾਕਟਰ ਕੋਲ ਜਾਣਾ ਪੈਂਦਾ? ਨਹੀਂ, ਮੈਂ ਨਹੀਂ ਜਾਣਾ ਪੈਂਦਾ ਨਾ, ਹੋਮਿਓਪੈਥੀ 'ਚ ਇਹੀ ਤਾਂ ਚੀਜ਼ ਹੈ, ਜੇ ਡਾਕਟਰ ਦੀ ਕਨਵਿਕਸ਼ਨ ਬਣੀ। ਦੇਖੋ ਡੈਥ ਹੈ, ਡੈਥ ਇੱਕ ਸੱਚਾਈ ਹੈ, ਡੈਥ ਨੂੰ ਤਾਂ ਨਾ ਅੰਗਰੇਜ਼ੀ ਡਾਕਟਰ ਨੇ ਰੋਕਣਾ, ਨਾ ਹੋਮਿਓਪੈਥ ਨੇ ਰੋਕਣਾ,
इन्हें रुकना नहीं है। लेकिन जे आप मैनेजमेंट देखिए क्योर देखिए सिर्फ होम्योपैथी के हंड्रेड टाइम्स बैटर है उस वधिया चॉइस अभी वधिया चॉइस क्यों ना करिए। असं मौत तो डरी जाते हैं डर डर के ऑपरेशन नाल कि दुनिया सारी ऑपरेशन कराँदी है क्या हल हो जाने। हूँ प्रोस्टेट ग्लैंड है लोगों के मैं चार चार ऑपरेशन होए देखे ने, बाबा सीर है चार चार ऑपरेशन होए देखे ने, दुख भोगी जाते हैं जी जी। डॉक्टर साहब असी थोड़े को हरेक बीमारी का इलाज लक्षण के कारण असी पूछांगे, पर जिहड़ा फिर उस तो बाद जिहड़ा थोड़ा तुसी अपनी कहानी दस रहे सी फिर गोडियां नूं तुसी इस तरीके नाल ट्रीट कर लिया। हाँ जी, वो देखो जिहड़ा मेरा टी ये कहण दी गल नहीं, मेरे को सारियां रिपोर्ट्स पईआं ने। मेरा जिहड़ा TLC अकाउंट है उस दा जिहड़ा पहले दिन है 25,000 सी जी। हूँ 25,000 जो TLC इसका मतलब की है कि जी थोड़ा ब्लड दे विच बहुत पॉइजन फैल चुकी है, मतलब जो मेरा ब्लड है एक तरह के नाल वो इनफेक्टड हो चुकिया। तो अंग्रेजी डॉक्टर तो मतलब कद सोच भी नहीं सकते कि होम्योपैथी मतलब करिश्मा कर सकती है जी। तो फिर मैं जो दूसरे दिन देखे पहली गल तो उस दिन मेरी चैन जी मैं आ गई। तो मैं नेचुरल इलाज होम्योपैथी की करता रहा जो मैं आराम पत्थर चट हों एक बूटा उन्हूं गर्म करके मैं उत्ते लाउंदा सी। मैं कदे पेन किलर नहीं लाया, देखो मैं सारी रात बेचैन कटदा सीगा लेकिन पत्थर चट नाल मैनूं पेन किलर नाल वध आराम आउंदा सी। मैं हर 5 मिनट बाद उन्हूं कहना मिस्त्री नूं भी लिया गर्म करके, लिया गर्म करके जिन्ने मेरे गार्डन दे पत्थर चट सी मैं सारे मुकाते पत्ते मतलब लेकिन पेन किलर नहीं लई। पेन किलर नहीं लई जी, हुण भी मेरी कन्विक्शन है अपने घर दे विच मेरे बच्चे ने छोटे ने बड़े ने कदे पेन किलर नहीं जी। हाँ डेथ होएगी सब दी लेकिन अंग्रेजी दवाई नहीं असीं वरतांगे जी जी जी। बहुत मेरी कन्विक्शन देखो कि होजी है जी जी जी। तुसी बहुत वधिया गल्लां कीतीआं और अपनी कहानी जिहड़ी तुसी दसी है। असीं वख-वख जिहड़ियां मर्ज़ां ने ते उहदी होम्योपैथिक दे विच इलाज उस बाबत भी तुहाडे नाल गल करांगे, पर समां इस वेले जिहड़ी इजाजत नहीं दिंदा और उम्मीद करदा कि तुहाडी कहानी तों जिहड़ा इंस्पायर हो के प्रेरित हो के बहुत सारे लोग ने जिहड़ा तुसी राह दिखाउणा चाहुंदे हो उस राह ते जरूर आउणगे। सो इह सन डॉक्टर अजमेर सिंह मान जिन्हां ने अपने डॉक्टर बनने की कहानी थोड़े नाल सांझी कीती है और दस्या कि किस तरीके नाल वख-वख बीमारियां राही वो डॉक्टर बने ते हुण वो बहुत सारे जिहड़े जिहड़े मरीज़ ने उन्हां दा इलाज बिना दवाई तो होम्योपैथिक दीयां जिहड़ियां रवायतां हैगियां उस दे जरिए कर चुके ने। तुहानूं इह गलबात किवें लगी इस बाबत तुसीं अपनी राय सानूं अपने कमेंट बॉक्स दे विच जरूर दिओ। फिलहाल मैनूं इह गलबात इत्थे ही खत्म करन दी दिओ आ गया। धन्यवाद।